ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ। ਦਾ ਫਿਲਮਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚ ਗਏ ਹਾਂ ਵਧਾਈਆਂ ਜੀ ਵਧਾਈਆਂ ਦੇ ਪ੍ਰੀਮੀਅਰ ਦੇ ਉੱਤੇ, ਤੇ ਇੱਥੇ ਬਹੁਤ ਸਾਰੇ ਆਰਟਿਸਟ ਮੌਜੂਦ ਨੇ ਤੇ ਇਸ ਫਿਲਮ ਦੀ ਸਟਾਰਕਾਸਟ ਵੀ ਹੈ, ਤੇ ਆਓ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਉਹ ਕਿੰਨੇ ਕੁ ਐਕਸਾਈਟਿਡ ਨੇ ਫਿਲਮ ਨੂੰ ਲੈ ਕੇ, ਤੇ ਫਿਲਮ ਦੇ ਖਤਮ ਹੋਣ ਤੋਂ ਬਾਅਦ ਉਹਨਾਂ ਤੋਂ ਪੁੱਛਾਂਗੇ ਕਿ ਕੀ ਕਹਿਣਾ ਉਹਨਾਂ ਦਾ ਇਸ ਫਿਲਮ ਦੇ ਬਾਰੇ। ਆਓ ਚੱਲੀਏ ਫਿਰ। ਬਹੁਤ ਐਕਸਾਈਟਡ ਹਾਂ ਜੀ, ਕਿਉਂਕਿ ਅਸੀਂ ਬਹੁਤ ਸੋਹਣੀ ਮੂਵੀ ਬਣਾਈ ਹੈ ਔਰ ਸਾਨੂੰ ਪੂਰਾ ਯਕੀਨ ਹੈ ਕਿ ਆਪਣਾ ਦਰਸ਼ਕਾਂ ਦੀ ਕਸਵੱਟੀ 'ਤੇ ਖਰੀ ਉਤਰੂਗੀ। ਵੈਸੇ ਕਿਹੋ ਜਿਹਾ ਫੀਲ ਹੁੰਦਾ ਇੰਨਾ ਸਾਰਾ ਕਰਾਊਡ ਦੇ ਕੇ, ਕੀ ਚੱਲ ਰਿਹਾ ਹੁੰਦਾ ਮਨ 'ਚ, ਪਸੰਦ ਆਏ ਕਿ ਨਹੀਂ ਆਏ? ਬਿਲਕੁਲ ਜੀ, ਕਿਉਂਕਿ ਜਿਵੇਂ ਇੱਕ ਬੱਚੇ ਨੇ ਪੇਪਰ ਦਿੱਤੇ ਹੁੰਦੇ ਆ ਉਹਨੂੰ ਰਿਜ਼ਲਟ ਵਾਲਾ ਦਿਨ ਉਡੀਕਣਾ ਹੁੰਦਾ, ਅੱਜ ਸਮਝੋ ਰਿਜ਼ਲਟ ਵਾਲਾ ਦਿਨ ਹੈ ਜੀ। ਐਕਸਾਈਟਡ ਵੀ ਹਾਂ ਅਤੇ ਥੋੜ੍ਹਾ ਮਨ 'ਚ ਧੜਕੂ ਵੀ ਲੱਗਿਆ ਹੋਇਆ ਵੀ ਪਸੰਦ ਆਏਗੀ, ਪਰ ਸਾਨੂੰ ਹੈ ਵੀ ਪਸੰਦ ਆਉਣੀ ਆਉਣੀ ਹੈ ਫਿਲਮ। ਆਹੋ ਹੁਣ ਅਸੀਂ ਹੋਰ ਲੋਕਾਂ ਕੋਲੋਂ ਜਾਣਦੇ ਹਾਂ ਕਿ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਫਿਲਮ ਨੂੰ ਦੇਖਣ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜ਼ਿਆਦਾ ਐਕਸਾਈਟਡ ਹੋ? ਬਹੁਤ ਜ਼ਿਆਦਾ ਐਕਸਾਈਟਡ ਆ ਜੀ, ਮੈਨੂੰ ਲੱਗਦਾ ਇਸ ਸਾਲ ਦੀ ਸਾਰ ਨੂੰ ਵਧੀਆ ਫਿਲਮ 13 ਜੁਲਾਈ ਨੂੰ ਆਡੀਅੰਸ ਨੂੰ ਦੇਖਣ ਨੂੰ ਮਿਲੇਗੀ, ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜੀ। ਕੀ ਲੱਗ ਰਿਹਾ ਇੰਨਾ ਸਾਰਾ ਕਰਾਊਡ ਦੇਖ ਕੇ? ਬਹੁਤ ਵਧੀਆ ਲੱਗ ਰਿਹਾ, ਵੇਟ ਕਰ ਰਹੇ ਸੀ 13 ਜੁਲਾਈ ਦੀ, ਫਾਈਨਲੀ ਆ ਗਈ ਹੈ, ਕੱਲ੍ਹ ਆ ਰਹੀ ਹੈ ਫਿਲਮ, ਰਿਲੀਜ਼ ਹੋ ਰਹੀ ਹੈ। ਬਹੁਤ ਅੱਛੀ ਫਿਲਮ ਬਣੀ ਹੈ, ਫਿਲਮ ਮੈਂ ਦੇਖੀ ਹੈ, ਫਿਲਮ ਬਹੁਤ ਵਧੀਆ ਆਈ ਹੈ, ਸਭ ਨੂੰ ਬਹੁਤ ਪਸੰਦ ਆਈ। ਅਸੀਂ ਗੱਲ ਕਰੀਏ ਤੁਹਾਡਾ ਸਭ ਤੋਂ ਬੈਸਟ ਪਾਰਟ ਕਿਹੜਾ ਇਸ ਫਿਲਮ ਨੂੰ ਲੈ ਕੇ? ਫਿਲਮ ਲੈ ਕੇ ਆਉਣਾ ਬਹੁਤ ਵੱਡੀ ਗੱਲ ਹੈ ਮੈਮ। 2 ਅਪ੍ਰੈਲ ਨੂੰ ਸ਼ੂਟਿੰਗ ਸ਼ੁਰੂ ਕੀਤੀ ਸੀ, 13 ਜੁਲਾਈ ਨੂੰ ਫਿਲਮ ਰਿਲੀਜ਼ ਕਰ ਰਹੇ ਹਾਂ ਐਜ਼ ਕਮਿਟਡ, ਅਤੇ ਫਿਲਮ ਬਹੁਤ ਵਧੀਆ ਬਣੀ ਹੈ, ਤੁਸੀਂ ਦੇਖ ਰਹੇ ਹੋ, ਸਾਰੇ ਬਹੁਤ ਐਕਸਾਈਟਡ ਹੈ। ਫਿਲਮ ਤੁਸੀਂ ਦੇਖੋਗੇ ਤੁਸੀਂ ਖੁਦ ਹੀ ਕਹੋਗੇ ਜੀ ਇਹ ਤਾਂ ਕਮਾਲ ਹੀ ਹੋਊ। ਆਹ ਹੁਣ ਅੱਗੇ ਵੱਧਦੇ ਹਾਂ ਹੋਰ ਲੋਕਾਂ ਕੋਲੋਂ ਵੀ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੋ? ਕੀ ਚੱਲ ਰਿਹਾ? ਬਹੁਤ ਵਧੀਆ। ਵਧਾਈ ਵਧਾਈ ਚੱਲ ਰਹੀ ਹੈ ਜੀ, ਵਧਾਈਆਂ ਚੱਲ ਰਹੀਆਂ ਨੇ ਜੀ। ਵਧਾਈਆਂ ਜੀ, ਵਧਾਈਆਂ, ਤੁਹਾਡਾ ਮੁੰਡਾ ਘੋੜੀ ਚੜ੍ਹਨ ਲੱਗਿਆ। ਘੋੜੀ ਮੰਨ ਗਈ ਹੈ। ਕਾਮੇਡੀ ਓਨਰਸ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਲੈ ਕੇ ਬੜਾ ਦਾਅਵਾ ਕੀਤਾ ਜਾ ਰਿਹਾ ਕਿ ਫਿਲਮ ਬੜੀ ਪਸੰਦ ਆਏਗੀ, ਬੜੀ ਪਸੰਦ ਆਏਗੀ। ਕੀ ਚੱਲ ਰਿਹਾ ਮਨ ਦੇ ਅੰਦਰ ਇਹਨੂੰ ਲੈ ਕੇ, ਕਿ ਖਰੀ ਉਤਰੇਗੀ ਕੈਰੀ ਓਨ ਜੱਟਾ 2 ਤੋਂ ਬਾਅਦ? ਕੀ ਕੰਪੀਟੀਸ਼ਨ ਹੁੰਦਾ ਹੈ? ਕੰਪੀਟੀਸ਼ਨ, ਦੇਰ ਇਜ਼ ਨੈਵਰ ਅ ਕੰਪੀਟੀਸ਼ਨ ਬਿਟਵੀਨ 2 ਫਿਲਮਸ, ਹੈ ਨਾ। ਕੈਰੀ ਓਨ ਜੱਟਾ ਅੱਡ ਫਿਲਮ ਹੈ, ਵਧਾਈ ਜੀ ਵਧਾਈ, ਆਫਕੋਰਸ ਇਸ ਜੋਨਰ ਦੀ ਫਿਲਮ ਹੈ ਬਟ ਅੱਡ ਫਿਲਮ ਹੈ, ਅਤੇ ਇਟ ਇਜ਼ ਅ ਬ੍ਰਿਲੀਅੰਟ ਫਿਲਮ, ਟਰੱਸਟ ਮੀ। ਅਤੇ ਜਿੰਨੇ ਵੀ ਮਤਲਬ ਇਹਨੂੰ ਦੇਖ ਕੇ ਜਾਣਗੇ, ਦੇ ਵਿਲ ਹੈਵ ਅ ਸਿਮਿਲਰ ਐਕਸਪੀਰੀਅੰਸ ਟੂ ਕੈਰੀ ਓਨ ਜੱਟਾ। ਇਹ ਬੜੇ ਆਰਾਮ ਨਾਲ ਕੈਰੀ ਓਨ ਜੱਟਾ 3 ਵੀ ਹੋ ਸਕਦੀ ਹੈ। ਕਿੰਨੇ ਐਕਸਾਈਟਡ ਹੋ ਤੁਸੀਂ ਇਸ ਫਿਲਮ ਨੂੰ ਲੈ? ਬਹੁਤ ਜ਼ਿਆਦਾ ਐਕਸਾਈਟਡ। ਯਾ ਵਧਾਈਆ ਜੀ ਵਧਾਈਆ, ਲੁਕਿੰਗ ਫੋਰਵਰਡ ਟੂ ਇਟ, ਬਹੁਤ ਵਧੀਆ ਫਿਲਮ ਹੈ ਆਮ ਸ਼ੋਰ। ਬੀਨੂ ਭਾਅ ਜੀ ਅਗੇਨ ਰੌਕ ਸਟਾਰ ਹੈ ਕਾਮੇਡੀ ਦੇ, ਅਤੇ ਪ੍ਰੋਡਿਊਸਰ ਆਪਣਾ ਦੋਸਤ ਅੱਛਾ ਅਤੁਲ ਜੀ, ਮਾਈ ਬੈਸਟ ਵਿਸ਼ਿਸ ਟੂ ਯਰ ਟੀਮ, 100% ਇਜ਼ ਗੋਇੰ ਬੀ ਸੁਪਰ ਹਿੱਟ, ਜਿਵੇਂ ਕੈਰੀ ਓਨ ਜੱਟਾ ਹੋਈ ਹੈ, ਅਤੇ ਫੁੱਲ ਪਾਵਰ। ਵਧੀਆ ਫਿਲਮ ਹੈ, ਵਧਾਈਆਂ ਜੀ ਵਧਾਈਆਂ ਬੀਨੂ ਭਾਈ ਦੇ, ਆਲਮੋਸਟ ਵਧੀਆ ਫਿਲਮਾਂ ਰਹੀਆਂ ਨੇ ਔਰ ਸਾਰੀ ਕਮੇਡੀ ਕਾਸਟ ਆ, ਅਤੇ ਫਿਲਮ ਵੀ ਕਮੇਡੀ ਹੋਊਗੀ। ਪੰਜਾਬ ਦੇ ਵਿੱਚ ਲੋਕ ਚਾਹੁੰਦੇ ਆ ਹੱਸਣਾ, ਸਿਰਫ ਹੱਸਣਾ ਅਤੇ ਸਿਰਫ ਹੱਸਣਾ, ਅਤੇ ਉਹਦੇ ਨਾਲ ਹਾਸੇ ਦੇ ਨਾਲ ਨਾਲ ਅਗਰ ਤੁਸੀਂ ਉਹਨਾਂ ਨੂੰ ਕੋਈ ਵਧੀਆ ਟੌਪਿਕ ਪੇਸ਼ ਕਰ ਰਹੇ ਹੋ ਤਾਂ ਉਹ ਜ਼ਰੂਰ ਦੇਖਣ ਜਾਂਦੇ ਆ, ਅਤੇ ਬਿਲਕੁਲ ਬਹੁਤ ਵਧੀਆ। ਜੇ ਵਿਆਹ 'ਚ ਕਿਸੇ ਨੂੰ ਪਤਾ ਲੱਗ ਗਿਆ, ਬਰਾਤ ਦਾ ਨਹੀਂ ਪਤਾ ਲੱਗਣਾ ਕਿੱਧਰ ਗਈ ਹੈ। ਸਹੀ ਗੱਲ ਹੈ, ਇੱਕ ਤਾਂ ਭਰਾਵਾ ਤੂੰ ਹੈ ਅੰਨਾ, ਉੱਤੋਂ ਅਗਲਾ ਨੇ ਕੁੱਟਣਾ ਵੀ ਆਪਾਂ ਨੂੰ ਅੰਨੇ ਵਾਹੀ ਹੈ। ਹੁਣ ਆਪਾਂ ਆ ਗਏ ਹਾਂ ਕਵਿਤਾ ਕੌਸ਼ਿਕ ਜੀ ਦੇ ਕੋਲ, ਤਾਂ ਬਹੁਤ ਹੀ ਬਿਊਟੀਫੁਲ ਲੱਗ ਰਿਹਾ, ਬੜੇ ਸੋਹਣੇ ਲੱਗ ਰਹੇ ਆ, ਇਹਨਾਂ ਨੂੰ ਪੁੱਛਦੇ ਹਾਂ ਕਿ ਕਿੱਦਾਂ ਦਾ ਲੱਗ ਰਿਹਾ? ਥੈਂਕ ਯੂ, ਬਹੁਤ ਅੱਛਾ ਲੱਗ ਰਿਹਾ। ਮੈਂ ਫਿਲਮ ਪਹਿਲੀ ਵਾਰ ਪੂਰੀ ਦੇਖ ਰਹੀ ਹੂੰ, ਡਬਿੰਗ ਪੇ ਦੇਖੀ ਤੀ ਕੁਛ, ਮਤਲਬ ਸਿਰਫ ਆਪਣਾ ਪਾਰਟ ਦੇਖਾ ਥਾ। ਅਬ ਜਬ ਮੈਂ ਇਨ ਲੋਗੋਂ ਕਾ ਪਾਰਟ ਦੇਖ ਰਹੀ ਹੂੰ, ਇਟਸ ਸੋ ਮਚ ਫਨ ਐਂਡ ਇਟਸ ਅ ਲਾਫ ਰਾਇਟ। ਫਟੈਕ ਸੇ ਨਿਕਲ ਗਿਆ, ਮੈਨੂੰ ਪਤਾ ਵੀ ਨਹੀਂ ਲੱਗਾ ਇੰਨੀ ਜਲਦੀ ਇੰਟਰਵਲ ਹੋ ਗਿਆ। ਅੱਛਾ, ਲੋਕਾਂ ਦੇ ਐਸੇ ਰਿਐਕਸ਼ਨਸ ਦੇਖ ਕੇ, ਥੀਏਟਰ ਦੇ ਵਿੱਚ ਤਾਲੀਆਂ, ਇੰਨੀ ਹੱਸੀ ਦੀਆਂ, ਕਿਲਕਿਲਾਹਟ, ਕਿਹੋ ਜਿਹਾ ਲੱਗਦਾ? ਬਹੁਤ ਅੱਛਾ ਲੱਗਦਾ ਹੈ ਔਰ ਕੌਨਫੀਡੈਂਸ ਔਰ ਡਬਲ ਹੋ ਜਾਂਦਾ ਹੈ ਕਿ ਲੋਕਾਂ ਕੋ ਪਸੰਦ ਆ ਰਹੀ ਹੈ ਤਾਂ ਫਿਲਮ ਅੱਛਾ ਕਰੇਗੀ। ਅੱਛਾ, ਜਦੋਂ ਪਰਦੇ 'ਤੇ ਤੁਸੀਂ ਆਪਣੀ ਮਿਹਨਤ ਨੂੰ ਦੇਖਦੇ ਹੋ, ਅੰਦਰ ਕੀ ਚੱਲ ਰਿਹਾ ਹੁੰਦਾ ਦਿਮਾਗ ਦੇ? ਐਕਚੁਲੀ ਓਨੈਸਟਲੀ ਬਤਾਊਂ ਤਾਂ ਮੈਂ ਤਾਂ ਚੈੱਕ ਕਰ ਰਹੀ ਹੋਤੀ ਹੂੰ ਕਿ ਮੈਨੇ ਐਕਸਪ੍ਰੈਸ਼ਨ ਠੀਕ ਦੀਆ ਕਿ ਨਹੀਂ, ਮੇਰਾ ਬਾਲ ਖਰਾਬ ਹੋ ਰਿਹਾ ਹੈ, ਮੇਕਅਪ ਖਰਾਬ ਹੋ ਰਿਹਾ ਹੈ, ਪੋਸਚਰ ਠੀਕ ਬੈਠੀ ਹੋਈ ਹੈ ਨਹੀਂ। ਆਰਟਿਸਟ ਤਾਂ ਹਮੇਸ਼ਾ ਆਪਣੀ ਕਮੀਆਂ ਹੀ ਢੂੰਡਦਾ ਹੈ, ਤੋ ਆਈ ਥਿੰਕ ਮੈਂ ਆਪਣੇ ਸੀਨਸ ਮੈਂ ਤਾਂ ਓਵਰ ਕ੍ਰਿਟੀਕਲ ਹੋਤੀ ਹੂੰ, ਬਟ ਇਸ ਲਈ ਕਹਿ ਰਹੀ ਹੂੰ ਕਿ ਜਬ ਇਨਕੇ ਸੀਨਸ ਆਤੇ ਹੈ ਲੜਕੋਂ ਕੇ ਤਾਂ ਮੈਂ ਜ਼ਿਆਦਾ ਇੰਜੋਏ ਕਰਦੀ ਹੂੰ। ਅਸੀਂ ਬਿਲਕੁਲ ਉਮੀਦ ਕਰਾਂਗੇ ਕਿ ਇੱਦਾਂ ਹੀ ਤੁਸੀਂ ਬੋਲੀਵੁੱਡ ਨੂੰ ਹੋਰ ਵੀ ਫਿਲਮਾਂ 'ਚ ਦਿਖਦੇ ਰਹੋ ਅਤੇ ਐਸਾ ਹੀ ਬਾਕਮਾਲ ਕੰਮ ਕਰਦੇ ਰਹੋ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ।
ਇੱਕ ਹੋਰ ਕਾਮੇਡੀ ਫਿਲਮ ਦੇ ਵਿੱਚ ਐਸਾ ਰਿਸਪੌਂਸ, ਹੁਣ ਕੀ ਕਹੋਗੇ? ਅੱਛਾ ਲੱਗ ਰਿਹਾ ਜੀ, ਰਿਸਪੌਂਸ ਦੇਖ ਕੇ ਤਾਂ ਸਵਾਦ ਆ ਹੀ ਰਿਹਾ ਬਹੁਤ। ਹਾਂਜੀ, ਇਹੀ ਇਹੀ ਸੋਚ ਕੇ ਫਿਲਮ ਬਣਾਈ ਦੀ ਹੈ ਜੀ ਕਿ ਲੋਕ ਇੰਜੋਏ ਕਰਨ, ਹੱਸਣ, ਅੱਛਾ ਲੱਗ ਰਿਹਾ ਰਿਸਪੌਂਸ ਦੇਖ ਕੇ ਬਹੁਤ। ਆਪਣੀ ਮਿਹਨਤ ਪਰਦੇ 'ਤੇ ਦੇਖਣ ਨੂੰ ਮਿਲਦੀ ਹੈ, ਕਿੱਦਾਂ ਦੀ ਫੀਲਿੰਗ ਹੁੰਦੀ ਹੈ? ਬਹੁਤ ਅੱਛੀ, ਬਹੁਤ ਅੱਛੀ। ਇਹਦੇ ਲਈ ਤਾਂ ਮਿਹਨਤ ਕਰਦੇ ਹਾਂ ਜੀ ਵੀ ਆਹ ਦਿਨ ਦੇਖਣ ਨੂੰ ਮਿਲੇ, ਸਾਰੇ ਜਣੇ ਇਕੱਠੇ ਹੋ ਕੇ ਪਹਿਲਾਂ ਸ਼ੋਅ ਦੇਖਣ ਔਰ ਜੇ ਰਿਸਪੌਂਸ ਇਹੋ ਜਿਹਾ ਦੇ ਰਹੀ ਹੈ ਆਡੀਅੰਸ ਇਹੋ ਜਿਹਾ ਮਿਲੇ। ਕਈ ਵਾਰੀ ਇੱਦਾਂ ਹੁੰਦਾ ਕਿ ਪਰਦੇ 'ਤੇ ਜਦੋਂ ਤੁਹਾਡੀ ਮਿਹਨਤ ਉੱਤਰ ਜਾਂਦੀ ਹੈ ਹੁਣ ਉਦੋਂ ਕਮੀਆਂ ਨਿਕਲਦੀਆਂ ਹੋਣ, ਯਾਰ ਇੱਥੇ ਇੱਦਾਂ ਵੀ ਕਰ ਸਕਦੇ? ਹਾਂ ਉਹ ਤਾਂ ਹੈ ਉਹ, ਪਰ ਉਹ ਇਸ 'ਤੇ ਨਹੀਂ, ਉਹ ਤਾਂ ਐਡੀਟਿੰਗ ਸਟੇਜ 'ਤੇ ਲੱਗਦਾ ਯਾਰ ਇਹ ਮੈਂ ਠੀਕ ਕਰ ਸਕਦੀ, ਉਹ ਤਾਂ ਹਮੇਸ਼ਾ ਰਹਿੰਦਾ ਕਿ ਇਸ ਤੋਂ ਬੈਟਰ ਕਰ ਸਕਦਾ ਸੀ, ਇਸ ਤੋਂ ਬੈਟਰ ਕਰ ਸਕਦਾ, ਉਹ ਤਾਂ ਹਰ ਫਿਲਮ 'ਚ, ਹਰ ਇੱਕ ਫਿਲਮ 'ਚ ਰਹਿੰਦਾ। ਹਾਂਜੀ, ਅਸੀਂ ਤੁਹਾਨੂੰ ਇੱਦਾਂ ਹੀ ਉਮੀਦ ਕਰਦੇ ਹਾਂ, ਹੋਰ ਵੀ ਐਸੀਆਂ ਫਿਲਮਾਂ ਦਿੰਦੇ ਰਹੋਗੇ ਅਤੇ ਲੋਕਾਂ ਨੂੰ ਹਸਾਉਂਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਆਲ ਦਾ ਵੈਰੀ ਬੈਸਟ। ਥੈਂਕ ਯੂ, ਥੈਂਕ ਯੂ। ਫਿਲਮ ਦੀ ਇੰਟਰਵਲ ਹੋ ਚੁੱਕੀ ਹੈ ਅਤੇ ਹੁਣ ਕੁਛ ਲੋਕਾਂ ਕੋਲੋਂ ਪੁੱਛਦੇ ਹਾਂ ਕਿ ਹੁਣ ਤੱਕ ਕਿੰਨਾ ਇੰਜੋਏ ਕਰ ਰਹੇ ਨੇ, ਕੀ ਕਹਿਣਾ ਤੁਹਾਡਾ? ਬਹੁਤ ਵਧੀਆ ਮੂਵੀ ਸੀ, ਸਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਬਹੁਤ ਅੱਛੀ ਵਾਲੀ ਮੂਵੀ। ਕੈਰੀਅਨ ਜੱਟਾ ਟੂ ਬਾਕੀ ਮੂਵੀ ਨਾਲ ਕਿਹਦੀ ਬੈਟਰ ਨੇ ਇਹ ਮੂਵੀ? ਬਹੁਤ ਸੋਹਣੀ ਮੂਵੀ ਮੈਮ, ਬਹੁਤ ਵਧੀਆ ਮੂਵੀ ਜੀ, ਬਹੁਤ ਵਧੀਆ ਮੂਵੀ, ਬਹੁਤ ਹਾਸਾ ਆ ਰਿਹਾ ਜੀ, ਬਹੁਤ ਮਜ਼ਾ ਆ ਰਿਹਾ। ਬਹੁਤ ਅੱਛੀ ਮੂਵੀ ਹੈ ਜੀ, ਬੈਟਰ ਦੈਨ ਕੈਰੀਅਨ ਜੱਟਾ ਟੂ। ਸਭ ਤੋਂ ਵਧੀਆ ਹੁਣ ਤੱਕ ਦਾ ਕਿਹੜਾ ਪਾਰਟ ਲੱਗ ਰਿਹਾ, ਕੀ ਲੱਗਿਆ ਵਧੀਆ? ਜਿਹੜਾ ਜਿੰਨੀ ਕਮੇਡੀ ਹੋਈ ਹੈ ਵਿਆਹ ਬਾਰੇ, ਉਹ ਬਹੁਤ ਚੰਗੀ ਲੱਗੀ ਹੈ ਜੀ, ਉਹਨਾਂ ਦੀਆਂ ਅੱਖਾਂ 'ਚ ਲੱਗੀਆਂ, ਦੇਖਦਾ ਕਿੰਨਾ ਕੀ ਸਸਪੈਂਸ ਹੈ ਅੱਗੇ, ਬਹੁਤ ਮਜ਼ਾ ਆ ਰਿਹਾ। ਕਿਹੜਾ ਕੈਰੈਕਟਰ ਸਭ ਤੋਂ ਵਧੀਆ ਲੱਗ ਰਿਹਾ? ਆਫਕੋਰਸ ਬੀਨੂ ਜੀ ਦਾ ਬੈਸਟ, ਐਂਡ ਇਟਸ ਅ ਵੈਰੀ ਗੁੱਡ ਮੂਵੀ, ਬਹੁਤ ਮਜ਼ਾ ਆ ਰਿਹਾ, ਵੀ ਆਰ ਇੰਜੋਇੰਗ ਅ ਲੋਟ। ਬਹੁਤ ਜ਼ਿਆਦਾ ਵਧੀਆ ਲੱਗਦਾ ਆ ਕਿ ਸਾਡੀ ਪੂਰੀ ਜਿਹੜੀ ਟੀਮ ਨੇ ਹੈ ਨਾ ਮਿਹਨਤ ਕੀਤੀ, ਉਹ ਇੱਕ ਪਰਦੇ 'ਤੇ ਆ ਰਹੀ ਹੈ ਅਤੇ ਸਾਰੀ ਆਡੀਅੰਸ ਇੰਨਾ ਜ਼ਿਆਦਾ ਪਸੰਦ ਕਰ ਰਹੀ ਹੈ, ਇੰਨੀਆਂ ਸੀਟੀਆਂ ਵੱਜ ਰਹੀਆਂ, ਤਾਂ ਓਬਵੀਅਸਲੀ ਵਧੀਆ ਲੱਗਦਾ ਆ। ਬਹੁਤ ਅੱਛੀ ਸਕ੍ਰਿਪਟ ਲਿਖੀ ਹੈ ਅਤੇ ਬੀਨੂ ਭਾਅ ਜੀ ਨੇ ਬਹੁਤ ਅੱਛਾ ਰੋਲ ਕੀਤਾ ਹੈ, ਅਤੇ ਨਾਲੇ ਹੁਣ ਤਾਂ ਇੰਟਰਵਲ ਹੋ ਗਿਆ, ਅੱਗੇ ਜਾ ਕੇ ਚੱਕੇ ਤਾਂ ਗਏ, ਹੁਣ ਗਿਰਦੇ ਕਰਦਾ, ਹੁਣ ਇਹ ਚੀਜ਼ ਦੇਖਣੀ ਕਿੱਥੇ ਗਿਰਦੇ ਹੁੰਦੇ, ਕੀ ਪੌੜਾ ਪੈਂਦਾ। ਹੁਣ ਦਿਸ ਰਿਹਾ, ਵਧਾਈਆਂ ਜੀ, ਵਧਾਈਆਂ। ਟੂ ਗੁੱਡ, ਗ੍ਰੇਟ, ਵੈਰੀ ਗੁੱਡ ਮੂਵੀ, ਬਹੁਤ ਬੜੀਆ, ਬਹੁਤ ਬੜੀਆ, 5 to 5, 5 ਆਊਟ ਆਫ 5, ਐਕਸਲੈਂਟ। ਕਿਵੇਂ ਲੱਗੀ ਫਿਲਮ? ਮਸਤ ਮਸਤ, ਕਲਾਸ ਮੂਵੀ, ਸੁਪਰ ਡੁਪਰ ਹਿੱਟ। ਬਿੰਦੂ ਬਾਜੀ ਰੋਲ, ਇਸਕੀ ਐਕਟਿੰਗ ਸਭ ਤੋਂ ਅੱਛੀ? ਬਿੰਦੂ ਬਾਜੀ ਕੀ ਸਭ ਤੋਂ ਐਕਟਿੰਗ ਕਹਿੰਦੀ? ਬਹੁਤ ਵਧੀਆ ਜੀ ਫਿਲਮ, ਸੁਪਰ ਹਿੱਟ, ਬਹੁਤ ਅੱਛੀ ਫਿਲਮ ਸੀ, ਗੁੱਡ, ਵੈਰੀ ਗੁੱਡ ਮੂਵੀ, ਬਹੁਤ ਵਧੀਆ। 5 out of 5, 10, ਅੱਛੀ ਲੱਗੀ, ਬਹੁਤ ਅੱਛੀ ਸੀ, ਬਹੁਤ ਅੱਛੀ ਕਮੇਡੀ ਫਿਲਮ ਸੀ, ਬਹੁਤ ਵਧੀਆ ਮੂਵੀ, ਵੈਰੀ ਨਾਈਸ ਮੂਵੀ। ਕਾਸਟ ਜਿਹੜੀ ਹੈ ਪੂਰੀ ਜਿਹੜੀ ਹੈ ਬੜੀ ਵਧੀਆ ਲੱਗੀ, ਫਿਲਮ ਬਹੁਤ ਸੁੰਦਰ, ਬਹੁਤ ਸੁੰਦਰ, ਕਾਮੇਡੀ ਬਹੁਤ ਹੀ ਵਧੀਆ ਸੀਗੀ, ਇਟ ਗੋਇੰਗ ਟੂ ਬੀ ਅ ਸੁਪਰ ਹਿੱਟ ਮੂਵੀ। ਬਹੁਤ ਅੱਛੀ ਮੂਵੀ ਹੈ, ਬਹੁਤ ਅੱਛੀ ਮੂਵੀ ਹੈ, ਬਹੁਤ ਹੀ ਹਿਲੇਰੀਅਸ ਔਰ ਬਹੁਤ ਹੀ ਬੜੀਆ ਫਿਲਮ, ਬਹੁਤ ਜ਼ਿਆਦਾ ਅੱਛੀ। ਇੱਕ ਇੱਕ ਕਿਰਦਾਰ ਜਿਹੜਾ ਨਾ ਉਹਨੇ ਪੂਰਾ ਪੂਰਾ ਆਪਣੇ ਕਿਰਦਾਰ ਨਾਲ ਬਹੁਤ ਵਧੀਆ, 5 out of 5 ਦਿਨੇ ਬੰਦ ਹੈ। ਫਿਲਮ ਬਹੁਤ ਹੀ ਜ਼ਿਆਦਾ ਵਧੀਆ, ਮਤਲਬ ਕੈਰੀਅਨ ਜੱਟਾ ਤੋਂ ਬਾਅਦ ਮੈਨੂੰ ਲੱਗਦਾ ਕਿ ਆਹ ਫਿਲਮ ਵੀ ਮਤਲਬ ਸੁਪਰ ਡੁਪਰ ਹਿੱਟ ਹੋਊਗੀ, ਬਹੁਤ ਵਧੀਆ ਫਿਲਮ ਬਣਾਈ ਇਹਨਾਂ ਨੇ। ਕਵਿਤਾ ਕੌਸ਼ਕ ਮੈਨ ਦੀ ਪੰਜਾਬੀ 'ਚ ਐਕਟਿੰਗ ਦੇਖ ਕੇ ਹੋਰ ਵਧੀਆ ਲੱਗਿਆ, ਅਤੇ ਬਿਨੂ ਢਿੱਲ ਭਾਈ ਨੇ ਤਾਂ ਕਿਆ ਕਮਾਲ ਕੀਤੀ ਹੈ, 5 out of 5 stars। ਮੈਡਮ ਬਹੁਤ ਵਧੀਆ, ਬਹੁਤ ਵਧੀਆ ਕਾਮੇਡੀ ਮੂਵੀ ਹੈ, ਨਾਈਸ ਫਨ, ਅਲਟੀਮੇਟ ਮੂਵੀ ਮੈਮ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਬਿਨੂ ਢਿੱਲ ਬੜੀਆ ਜੀ, ਬੜੀਆ ਜੀ, ਵਧੀਆ ਜੀ, ਵਧੀਆ, ਬਹੁਤ ਵਧੀਆ ਸੀ, ਸਾਰਿਆਂ ਨੂੰ ਤਾਂ ਬਹੁਤ ਵਧੀਆ ਲੱਗ ਰਹੀ ਹੈ ਜੀ, ਰਿਸਪੌਂਸ ਬੜਾ ਪੋਜ਼ਿਟਿਵ ਸੀਗਾ ਅੰਦਰ ਜੀ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ ਕੱਲ੍ਹ ਨੂੰ ਵੀ ਇਹੀ ਰਿਸਪੌਂਸ ਹੋਵੇ ਸਿਨੇਮਾ ਘਰਾਂ ਵਿੱਚ ਜੀ। ਦਿਖ ਰਹੇ ਅੱਜ ਸਾਰੇ ਬੰਦੇ? ਵੀ ਸਾਰੇ, ਹਾਂਜੀ ਹੁਣ ਤਾਂ ਦਿਸਦੇ ਹਾਂ ਜੀ, ਤੁਹਾਨੂੰ ਦਿਸ ਰਹੇ? ਬਿਲਕੁਲ ਜੀ, ਹੁਣ ਤਾਂ ਲਾਜ ਵੀ ਹੋ ਗਿਆ ਸੀ। ਨਹੀਂ ਨਹੀਂ, ਬਹੁਤ ਵਧੀਆ ਲੱਗ ਰਹੀ ਹੈ ਮੂਵੀ, ਕਿੱਦਾਂ ਦਾ ਲੱਗਦਾ ਲੋਕਾਂ ਦਾ ਰਿਸਪੌਂਸ ਦੇ ਕੇ ਥੀਏਟਰ ਦੇ ਵਿੱਚ, ਤਾਲੀਆਂ, ਸੀਟੀਆਂ, ਖਿਲਕਾਰੀਆਂ? ਬਹੁਤ ਵਧੀਆ ਜੀ, ਕਿਉਂਕਿ ਫਿਲਮ ਬਣਾਈ ਹੈ ਬਹੁਤ ਵਧੀਆ ਸਮੀਪ ਜੀ ਨੇ ਔਰ ਲਿਖੀ ਵੀ ਬਹੁਤ ਵਧੀਆ ਹੈ ਔਰ ਇੰਨਾ ਵਧੀਆ ਕੰਟੈਂਟ ਮੇਰੇ ਖਿਆਲ ਹੈ ਹਿੰਦੀ ਫਿਲਮ ਦੇ ਵਿੱਚ ਵੀ ਨਹੀਂ ਆਇਆ ਕਦੇ ਔਰ ਕਮਾਲ ਦੀ ਮੂਵੀ ਹੈ ਜੀ, ਲੋਕ ਬਹੁਤ ਪਸੰਦ ਕਰਨਗੇ। ਤੁਹਾਨੂੰ ਜਦੋਂ ਪਰਦੇ ਦੇ ਉੱਤੇ ਫਿਲਮ ਦੇਖਣ ਨੂੰ ਮਿਲਦੀ ਹੈ, ਕਦੀ ਵਾਰੀ ਇੱਦਾਂ ਲੱਗਦਾ ਤੁਹਾਨੂੰ ਦੇਖ ਕੇ ਲੱਗ ਰਿਹਾ ਯਾਰ ਇਹਨੂੰ ਹੋਰ ਬੈਟਰ ਕਰ ਸਕਦੇ ਸੀ? ਨਹੀਂ, ਉਹ ਤਾਂ ਹਮੇਸ਼ਾ ਹੀ ਹੁੰਦਾ, ਮੈਨੂੰ ਆਪਦਾ ਕੰਮ ਬਹੁਤ ਜ਼ਿਆਦਾ ਕਦੇ ਵਧੀਆ ਨਹੀਂ ਲੱਗਦਾ ਹੁੰਦਾ ਜੀ, ਪਰ ਮੂਵੀ ਟੋਟੈਲਿਟੀ ਦੇ ਵਿੱਚ ਬਹੁਤ ਵਧੀਆ ਜੀ, ਸਾਰੇ ਜਿੰਨੇ ਵੀ ਆਏ ਸੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਜੀ, ਵਾਹਿਗੁਰੂ ਕਰੇ ਕੱਲ੍ਹ ਨੂੰ ਸਾਰਿਆਂ ਨੂੰ ਪਸੰਦ ਆਵੇ ਜੀ। ਉਮੀਦ ਕਰਦੇ ਹਾਂ ਇੱਦਾਂ ਹੀ ਵਧੀਆ ਵਧੀਆ ਫਿਲਮਾਂ ਬਾਲੀਵੁੱਡ ਨੂੰ ਦਿੰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ। ਥੈਂਕ ਯੂ ਸੋ ਮਚ। ਪਰ ਇੱਕ ਗੱਲ ਓਨੈਸਟੀ, ਤੁਸੀਂ ਫਿਲਮ ਦੇਖੀ? ਦੇਖੀ। ਤੁਹਾਨੂੰ ਕਿਵੇਂ ਲੱਗੀ ਹੈ ਦੱਸੋ? ਬਹੁਤ ਵਧੀਆ ਜੀ ਫਿਲਮ, ਬਹੁਤ ਵਧੀਆ। ਥੈਂਕ ਯੂ ਸੋ ਮਚ, ਫਿਲਮ 'ਚ ਬਹੁਤ ਕੁਝ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਸਰ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ।